ਸਾਰੇ ਜਾਣਦੇ ਹੋ 5 ਤਰੀਕ ਨੂੰ ਇੱਕ ਇਨਸੀਡੈਂਟ ਹੋਇਆ ਸੀ ਜਿਹਦੇ ਵਿੱਚ ਦੋ ਗਰੁੱਪਸ ਦੇ ਵਿੱਚ ਪਤੰਗਬਾਜ਼ੀ ਨੂੰ ਲੈ ਕੇ ਲੜਾਈ ਝਗੜਾ ਹੋਇਆ ਸੀ ਤੇ ਬਾਅਦ ਚ ਅਨਫੋਰਚੂਨੇਟਲੀ ਇੱਕ ਯੰਗ ਮੁੰਡਾ ਸੀ ਹਰਮਨਜੀਤ ਸਿੰਘ 23 ਸਾਲਾਂ ਦਾ ਉਹਦੀ ਇੱਕ ਅਨਫੋਰਚੂਨੇਟ ਡੈਥ ਹੋਈ ਸੀ ਸੋ ਉਸ ਕੇਸ 'ਚ ਜਿਹੜੀ ਮੇਰੀ ਇਹ ਸਾਡੀ ਟੀਮ ਇੱਥੇ ਬੈਠੀ ਹੈ ਉਹਨਾਂ ਨੇ ਇੱਕ ਬਹੁਤ ਚੰਗਾ ਕੰਮ ਕੀਤਾ ਐਂਡ ਅੰਡਰ ਦ ਡਾਇਰੈਕਸ਼ਨਸ ਆਫ ਆਰ ਵਰਦੀ CP ਅੰਮ੍ਰਿਤਸਰ ਗੁਰਪ੍ਰੀਤ ਭੁੱਲਰ ਸਰ ਉਹਨਾਂ ਦੀ ਡਾਇਰੈਕਸ਼ਨਸ ਹੇਠ ACP ਈਸਟ ਗੁਰਿੰਦਰ ਬੀਰ ਸਿੰਘ SHO ਬੀ ਡਿਵੀਜ਼ਨ ਸੁਖਬੀਰ CIA ਇੰਚਾਰਜ 3 ਬਿੰਦਰਜੀਤ ਅਤੇ ਇਹਨਾਂ ਦੀ ਜਿਹੜੇ ਸਾਰੇ ਸਾਡੇ ਮੁਲਾਜ਼ਮ ਹੈ ਉਹਨਾਂ ਨੇ ਦਿਨ ਰਾਤ ਇਹਦੇ ਵਿੱਚ ਕੰਮ ਕੀਤਾ ਐਂਡ ਇਨ ਲੈੱਸ ਦੈਨ 12 ਆਵਰਸ ਨੋਟ ਓਨਲੀ ਡਿਡ ਵੀ ਆਈਡੈਂਟੀਫਾਈ ਦ ਪਰਪੇਟਰੇਟਰਸ ਜਿਹੜੇ ਪਹਿਲਾਂ ਬਿਲਕੁਲ ਇੱਕ ਬਲਾਇੰਡ ਕੇਸ ਸੀ ਉਹਨਾਂ ਨੂੰ ਆਈਡੈਂਟੀਫਾਈ ਵੀ ਕੀਤਾ ਅਤੇ ਬਹੁਤ ਹੀ ਟੈਕਨੀਕਲ ਤਰੀਕੇ ਨਾਲ ਅਤੇ ਮੁਸਤੈਦੀ ਦਿਖਾਉਂਦੇ ਹੋਏ ਉਨ ਬੰਦਿਆਂ ਦੀ ਜਿਹੜੀ ਪਹਿਚਾਣ ਕਰਨ ਤੋਂ ਬਾਅਦ ਉਹਨਾਂ 'ਤੇ ਰੇਡਾਂ ਕੀਤੀਆਂ ਅਤੇ ਉਹਨਾਂ ਨੂੰ ਚੇਜ਼ ਕਰਦੇ ਹੋਏ ਆਪਾਂ ਲੁਧਿਆਣੇ ਤੱਕ ਪਹੁੰਚੇ ਅਤੇ ਇੱਕ ਜੁਆਇੰਟ ਓਪਰੇਸ਼ਨ 'ਚ ਐਂਡ ਵਿਦ ਅ ਲੋਟ ਆਫ ਕੋਆਪਰੇਸ਼ਨ ਆਫ ਲੁਧਿਆਣਾ ਪੁਲਿਸ ਪਰ ਸਾਰਿਆਂ ਨੇ ਉੱਥੋਂ ਇਹ 3 ਜਿਹੜੇ ਮੇਨ ਐਕਿਊਜ਼ਡ ਨੇ ਉਹਨਾਂ ਨੂੰ ਉੱਥੋਂ ਅਰੈਸਟ ਕੀਤਾ ਮਾਮਲਾ ਇਹ ਕੋਈ ਰੰਜਿਸ਼ ਦਾ ਮੈਮ ਲੱਗਦਾ ਕਿ ਕੋਈ ਜੀ ਅਚਾਨਕ ਹੋਇਆ ਜੀ ਇਹਦੇ ਵਿੱਚ ਜੀ ਜਿਹੜੀ FIR ਨੰਬਰ ਰਜਿਸਟਰ ਹੋਈ ਉਹ FIR ਨੰਬਰ 17 ਡੇਟਡ 5/2/2024 ਅੰਡਰ ਸੈਕਸ਼ਨ 302 307 427 148 149 IPC ਐਂਡ 2527 ਆਰਮਸ ਐਕਟ ਰਜਿਸਟਰ ਹੋਇਆ ਸੀ ਬੀ ਡਿਵੀਜ਼ਨ 'ਚ ਜਿੱਦਾਂ ਹੀ ਸਾਨੂੰ ਇਨਫੋਰਮੇਸ਼ਨ ਆਈ ਆਲ ਦਾ ਸੀਨੀਅਰ ਆਫਿਸਰਸ ਰਸ਼ ਟੂ ਦਾ ਸਪੋਟ ਮੈਂ ਬਹੁਤ ਸਾਰੇ ਤੁਹਾਡੇ ਵਿੱਚੋਂ ਵੀ ਉੱਥੇ ਸਾਡੇ ਫਰੈਂਡਸ ਮੀਡੀਆ ਕਲੀਗਸ ਉੱਥੇ ਸੀਗੇ ਐਂਡ ਯੂ ਕੁਡ ਸੀ ਕਿ ਇਸ ਕੇਸ ਨੂੰ ਆਪਾਂ ਕਿੰਨਾ ਸੀਰੀਅਸਲੀ ਲਿਆ ਐਂਡ ਰਾਤੋ ਰਾਤ ਟੀਮਸ ਬਣਾ ਕੇ ਵੱਖ ਵੱਖ ਟੀਮਾਂ ਇਹਦੇ ਵਿੱਚ ਐਟਲੀਸਟ 5 to 7 ਟੀਮਸ ਦੇ ਵਰਕ ਦ ਇੰਟਾਇਰ ਨਾਈਟ ਜੀ ਮਾਮਲਾ ਜਿਹੜਾ ਹੈ ਉਹ ਇੱਕ ਸਿੰਪਲ ਇੱਕ ਇੰਸੀਡੈਂਟ ਹੋਇਆ ਸੀ ਕਿ ਇਹਨਾਂ ਦੀ ਆਪਸ 'ਚ ਲੜਾਈ ਝਗੜਾ ਹੋਇਆ ਸੀ ਪਤੰਗ ਉਡਾਉਣ ਨੂੰ ਲੈ ਕੇ ਵਿਚ ਦੈਨ ਐਸਕੇਲੇਟਡ ਐਂਡ ਉਹਦੇ ਵਿੱਚ ਫਿਰ ਇੱਕ ਗਰੁੱਪ ਵੱਲੋਂ ਗੋਲੀ ਚਲਾਈ ਗਈ ਮਾਰ ਦੇਣ ਦੀ ਨੀਅਤ ਨਾਲ ਟੋਟਲ ਕਿੰਨੇ ਜਣੇ ਉੱਥੇ ਪਹੁੰਚਦੇ ਨੇ ਕਿੰਨੇ ਜਣੇ ਉੱਪਰ ਮਾਮਲਾ ਦਰਜ ਕੀਤਾ ਗਿਆ ਜੀ ਫੈਮਿਲੀ ਦੇ ਸਟੇਟਮੈਂਟਸ ਦੇ ਅਨੁਸਾਰ ਉਹਨਾਂ ਨੇ ਜਿਸ ਜਿਸ ਬੰਦਿਆਂ ਦੇ ਖਿਲਾਫ ਉਹਨਾਂ ਨੇ FIR ਰਜਿਸਟਰ ਕਰਾਉਣੀ ਸੀ ਵੀ ਰਜਿਸਟਰਡ ਦਾ FIR ਐਂਡ ਉਹਦੇ ਵਿੱਚੋਂ 3 ਬੰਦੇ ਜਿਹੜੇ ਹੈਗੇ ਆਦਿਤਿਆ ਬੇਦੀ ਔਰ ਜੁਗਰਾਜ ਸਿੰਘ ਔਰ ਸ਼ਮਸ਼ੇਰ ਸ਼ੇਰਾ ਦੇ ਹੈਵ ਆਲਰੇਡੀ ਬੀਨ ਅਰੈਸਟਡ ਇਹਦੇ ਵਿੱਚ ਇੱਕ ਬਾਈ ਨੇਮ ਐਕਿਊਜ਼ਡ ਹੈ ਪਰਵਿੰਦਰ ਬੇਦੀ ਉਹਨੂੰ ਵੀ ਉਹਦੀ ਵੀ ਆਪਾਂ ਤਲਾਸ਼ ਕਰ ਰਹੇ ਨੇ ਤੇ ਬਹੁਤ ਛੇਤੀ ਆਪਾਂ ਉਹਨੂੰ ਵੀ ਫੜ ਲਾਂਗੇ CCTV ਜਿਹੜੀ ਸਾਹਮਣੇ ਆਈ ਹੈ ਜੀ ਦੇਖੀ ਆਲ ਦ ਐਕਿਊਜ਼ਡ ਦੇ ਹੈਵ ਬੀਨ ਆਈਡੈਂਟੀਫਾਈਡ ਵੀ ਹੈਵ ਆਈਡੈਂਟੀਫਾਈਡ 8 to 10 ਮੋਰ ਪੀਪਲ ਇਨ ਦਿਸ ਕੇਸ ਬਟ ਡਿਊ ਟੂ ਇਨਵੈਸਟੀਗੇਸ਼ਨ ਰੀਜ਼ਨਸ ਐਂਡ ਆਬਵੀਅਸ ਰੀਜ਼ਨਸ ਮੈਂ ਉਹਨਾਂ ਦੇ ਡਿਟੇਲਸ ਤੁਹਾਡੇ ਨਾਲ ਸ਼ੇਅਰ ਨਹੀਂ ਕਰ ਸਕਦੀ ਹਾਂ ਕੋਈ ਪੁਰਾਣਾ ਅਪਰਾਧ ਇਹਨਾਂ ਦੇ ਰਿਕਾਰਡ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਕਿਸ ਤਰ੍ਹਾਂ ਦਾ ਯੈਸ ਜਿਹੜੇ ਇਹ ਜੁਗਰਾਜ ਸਿੰਘ ਹੈ ਇਹਦੀ ਉਮਰ 26 ਸਾਲ ਹੈ ਅਤੇ ਇਹ ਤਾਂ ਪਹਿਲਾਂ ਵੀ ਇੱਕ FIR ਨੰਬਰ 313 ਡੇਟਡ 30/10/23 323/24 ਬੀ ਡਿਵੀਜ਼ਨ ਥਾਣੇ ਰਜਿਸਟਰਡ ਹੈ ਆਦਿਤਿਆ ਬੇਦੀ ਇਹ 'ਤੇ ਵੀ ਇਹੀ ਪਰਚਾ ਰਜਿਸਟਰਡ ਹੈ ਸੋ ਐਜ਼ ਯੂ ਕੈਨ ਸੀ ਕਿ ਇਹ ਸਾਰੇ ਜਿਹੜੇ ਬੰਦੇ ਹੈ ਇਹਨਾਂ ਦਾ ਇੱਕ ਪ੍ਰੀਵੀਅਸ ਕ੍ਰਿਮੀਨਲ ਬੈਕਗਰਾਊਂਡ ਰਿਕਾਰਡ ਸੀ ਐਂਡ ਇਸ ਕੇਸ 'ਚ ਆਈ ਵੁੱਡ ਸਪੈਸ਼ਲੀ ਕਮੈਂਟ ਮਾਈ ਟੀਮ ਕਿ ਇਹਨਾਂ ਨੇ ਬਹੁਤ ਮਿਹਨਤ ਕੀਤੀ ਐਂਡ ਜਿਹੜੀ ਜੋ ਹੈ ਦਿਨ ਰਾਤ ਜੋ ਆਪਾਂ ਕੰਮ ਕੀਤਾ ਹੈ ਅਲੋਂਗ ਵਿਦ ਦ ਸੇਮ ਥਿੰਗ ਆਈ ਵੁੱਡ ਲਾਈਕ ਟੂ ਮੀਡੀਆ ਰਾਹੀਂ ਮੈਂ ਜਿਹੜੀ ਸਾਡੀ ਯੰਗ ਜਨਰੇਸ਼ਨ ਹੈ ਉਹਨੂੰ ਵੀ ਮੈਂ ਇਹ ਅਪੀਲ ਕਰਨਾ ਚਾਹੂੰਗੀ ਕਿ ਆਪਾਂ ਇੱਕ ਜਿਹੜੀ ਇੱਕ ਸਹੀ ਡਾਇਰੈਕਸ਼ਨ ਹੈ ਉਹ 'ਚ ਆਪਣੀ ਐਨਰਜੀਜ਼ ਨੂੰ ਲਾਈਏ ਆਪਾਂ ਜਿਹੜੇ ਪੁੱਠੇ ਪਾਸੇ ਹੈ ਉਸ ਪਾਸੇ ਆਪਾਂ ਨਾ ਜਾਈਏ ਅਤੇ ਪੇਰੈਂਟਸ ਨੂੰ ਵੀ ਮੈਂ ਇਹ ਕਹਾਂਗੀ ਕਿ ਇੱਕ ਵਾਰ ਆਪਾਂ ਦੇਖ ਲਈਏ ਕਿ ਵੀ ਸਾਡੇ ਬੱਚੇ ਜਿਹੜੇ ਹੈਗੇ ਉਹਨਾਂ ਦੀ ਕੀ ਕੰਪਨੀ ਹੈ ਕਿਸ ਤਰ੍ਹਾਂ ਦੇ ਬੰਦਿਆਂ ਨਾਲ ਉਹ ਤੁਰਦੇ ਫਿਰਦੇ ਨੇ ਸੋ ਦੈਟ ਇੱਕ ਮੋਨੀਟਰਿੰਗ ਰਹੇ ਉਹਨਾਂ ਦੇ ਸਾਰਿਆਂ 'ਤੇ।